ਸਰਕਾਰੀ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਬੇਨਤੀ ਕਰਦਾ ਮੇਰੇ ਹੱਥ ਵਿੱਚ ਦਿਲ ਨੇ ਫੁਰਕਤ ਪਿੰਡ ਦੇ, ਤੁਸੀਂ ਹੈਰਾਨ ਹੋ ਜਾਓਗੇ। ਉਹ ਦਿਲ ਜਿਹੜੇ 18 ਯੂਨਿਟਾਂ ਦਾ ਬਿੱਲ ਹੈ ਧਰਮਪਾਲ ਦਾ, ਬਿੱਲ ਹੈ ਜੀ 11,070 ਰੁਪਏ। ਆ ਤੁਹਾਡੇ ਸਾਹਮਣੇ 875 ਯੂਨਿਟਾਂ ਦਾ ਬਿੱਲ ਹੈ, ਬਿੱਲ ਕਿੰਨਾ ਜੀ 1,05,590 ਰੁਪਏ। ਅਗਲਾ ਬਿੱਲ ਹੈ 40 ਯੂਨਿਟਾਂ ਦਾ, 58,480 ਰੁਪਏ। ਇਹ ਕਿਹੜਾ ਹਿਸਾਬ ਕਿਤਾਬ ਹੈ? ਇਹਨਾਂ ਲੋਕਾਂ ਨੇ ਇੰਨੇ ਪੈਸੇ ਕਦੇ ਇਕੱਠੇ ਦੇਖੇ ਵੀ ਨਹੀਂ ਹੋਣੇ। ਪੂਰੇ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਚੱਲ ਰਿਹਾ, ਜਿਨ੍ਹਾਂ ਦੇ ਪਹਿਲਾਂ ਮਾਫੀ ਵਾਲੇ ਸੀ, ਮੈਂ ਉਹਨਾਂ ਨੂੰ ਕੁਛ ਖਬਰ ਦੇਣੀ ਚਾਹੁੰਦਾ। ਪਰਸੋਂ ਸਰਕਾਰ ਨੇ ਫੈਸਲਾ ਕੀਤਾ, ਪੁਰਾਣੇ ਬਿੱਲ ਸਾਰੇ ਮਾਫ ਨੇ, ਕੋਈ ਬਿੱਲ ਭਰਨ ਦੀ ਲੋੜ ਨਹੀਂ। ਕੋਈ ਕਨੈਕਸ਼ਨ ਕੱਟਣਾ ਹੋਵੇ ਸਾਡੇ ਨਾਲ ਗੱਲ ਕਰੇ, ਮੇਰੀ ਗੱਡੀ ਚ ਪਲਾਸ ਤੇ ਪੇਸ਼ ਕੇ ਸਪੈਸ ਬਾਰੇ ਜੋੜਾਂਗੇ, ਡਰਨ ਦੀ ਲੋੜ ਨਹੀਂ। ਇਸ ਤੋਂ ਵੱਧ ਹੋਰ ਕੀ ਜ਼ੁਲਮ ਹੋ ਸਕਦਾ? ਸੁਖੀਰੋ ਏਕਤਾ ਰੱਖੋ, ਸੁਣ ਲੈ, ਏਕਤਾ ਰੱਖੋ ਤੁਹਾਡੇ ਨਾਲ, ਗੱਲ ਸੁਣ ਪਹਿਲਾਂ। ਤੁਹਾਡੇ ਪਿੰਡ ਤੁਸੀਂ ਮੇਰੀ ਡਿਊਟੀ ਲਾਈ, ਮੈਂ ਨਿਭਾ ਰਿਹਾ ਪਾਰਲੀਮੈਂਟ ਚ। ਕਈ ਪਿੰਡਾਂ ਚ ਮੈਂ ਲੇਟ ਗਿਆ, ਮੇਰੇ ਨਾਲ ਪਹਿਲਾਂ ਪੈਸਾ ਪਹੁੰਚਿਆ ਹੋਇਆ, ਗ੍ਰਾਂਟਾਂ ਪਹੁੰਚੀਆਂ। ਤੁਹਾਡੇ ਪਿੰਡ ਜਿਮ ਵਾਸਤੇ 1,30,000 ਰੁਪਇਆ ਆਇਆ, ਸਕੂਲ ਦੇ ਵਿੱਚ ਆ ਰਹੇ ਤੇ ਵਾਟਰ ਫਿਲਟਰ ਲਾਇਆ 70,000 ਰੁਪਏ ਦਾ। ਸੁਖੀਰੋ 2,50,000 ਰੁਪਇਆ ਸਕੂਲ ਦੇ ਵਿੱਚ ਕਮਰਾ ਪਾਉਣ ਵਾਸਤੇ 4-5 ਦਿਨ ਪਹਿਲਾਂ ਮੈਂ ਸਾਈਨ ਕਰਕੇ ਆਇਆ, ਇੱਕ ਅੱਧੇ ਦਿਨ ਚੋਂ ਆਜੂਗਾ। ਕੰਮ ਸ਼ੁਰੂ ਕਰ ਲਿਓ, ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੋਣਾ ਸਕੂਲ ਵਾਲੇ ਕੰਮ। ਅਮਰੀਕ ਸਿੰਘ ਦੇ ਨਾਂ ਤੇ ਕਨੈਕਸ਼ਨ ਹੈ 11,240 ਰੁਪਏ। ਵੀਰੋ ਇਹਨਾਂ ਦਾ ਸੰਘਰਸ਼ ਜਿਹੜਾ ਆਪਾਂ ਚਲਾ ਰੱਖਿਆ, ਪੂਰੇ ਪੰਜਾਬ ਦੇ ਵਿੱਚ ਲੜਾਈ ਲੜ ਰਹੇ। ਇਹਨਾਂ ਬਿੱਲਾਂ ਦੇ ਵਿੱਚ ਕੋਈ ਵੀ ਬਿੱਲ ਭਰਨ ਦੀ ਲੋੜ ਨਹੀਂ। ਅਸੀਂ ਤੁਹਾਨੂੰ ਨੰਬਰ ਦੇ ਕੇ ਜਾਂਦੇ ਹਾਂ, ਬਿਜਲੀ ਬੋਰਡ ਦੇ ਅਫਸਰਾਂ ਨਾਲ ਸਾਡੀਆਂ ਮੀਟਿੰਗਾਂ ਜਾਰੀ ਨੇ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਅਗਲੇ 10-15 ਦਿਨਾਂ ਚ ਆਹ ਬਿੱਲ ਮਾਫ ਕਰਨੇ ਪੈਣਗੇ ਸਰਕਾਰ ਨੂੰ, ਜੇ ਤੁਹਾਡਾ ਸਾਥ ਰਿਹਾ, ਤੁਹਾਡਾ ਸਹਿਯੋਗ ਰਿਹਾ ਸਾਡੇ ਨਾਲ। ਇਹ ਬਿੱਲ ਮਾਫ ਕਰਾਵਾਂਗੇ, ਅਗਲੇ ਬਿੱਲ ਜਿੰਨਾ ਦਿੱਲੀ ਦੇ ਵਿੱਚ 1 ਰੁਪਿਆ ਯੂਨਿਟ ਬਿਜਲੀ ਮਿਲ ਰਹੀ ਹੈ, ਜੇ ਆਹੀ ਬਿੱਲ ਦਿੱਲੀ ਚ ਹੁੰਦੇ 600-700 ਰੁਪਏ ਦੇ ਹੋਣੇ ਸੀ, ਜਿਹੜੇ ਤੁਹਾਡੇ 80,000 ਦੇ ਨੇ।
ਆਹੀ ਫਰਕ ਹੈ ਸੱਚੀ ਨੀਤੀ ਸਰਕਾਰ ਦਾ ਤੇ ਲੁਟੇਰਿਆਂ ਦਾ, ਆਹੀ ਫਰਕ ਹੈ। ਕਾਂਗਰਸ ਤੇ ਅਕਾਲੀ ਰਲੇ ਹੋਏ ਆ, ਅਕਾਲੀਆਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਕੀਤੇ, ਕਾਂਗਰਸ ਨੇ ਉਹਨਾਂ ਸਮਝੌਤਿਆਂ ਨੂੰ ਅੱਗੇ ਵਧਾਇਆ। ਜੇ ਕੈਪਟਨ ਸਾਹਿਬ ਦੀ ਨੀਤ ਸਾਫ਼ ਹੁੰਦੀ ਸਰਕਾਰ ਬਣਨ ਸਾਰ ਉਹਨਾਂ ਸਮਝੌਤਿਆਂ ਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ ਚ ਲਿਆਉਂਦੇ, ਅਸੀਂ ਵਿਰੋਧੀ ਤੇ ਹੋਣ ਦੇ ਨਾਤੇ ਵੀ ਇਹਦੇ ਹੱਕ ਚ ਵੋਟਾਂ ਪਾ ਕੇ ਇਹ ਸਾਰੇ ਸਮਝੌਤੇ ਰੱਦ ਕਰਾਉਂਦੇ, ਪਰ ਉਹਨਾਂ ਦੀ ਨੀਤ ਨੀ ਉਹਦਾ ਆਪ ਪੈਸੇ ਕਮਾਉਣ ਲੱਗ ਗਏ। ਅਸੀਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਵੱਲੋਂ ਸਾਡੇ ਜਿੰਨੇ ਵਲੰਟੀਅਰ ਨੇ ਉਹਨਾਂ ਨਾਲ ਸੰਪਰਕ ਰੱਖਿਓ, ਕੋਈ ਬਿੱਲ ਭਰਨ ਦੀ ਲੋੜ ਨੀ। ਮੈਂ ਸਾਰੇ ਪਿੰਡਾਂ ਚ ਇਹ ਕਹਿ ਕੇ ਆਇਆ, ਮੈਂ ਆਪ ਪਲਾਸ ਨਾਲ ਕਨੈਕਸ਼ਨ ਤੋੜ ਕੇ ਵੀ ਆਇਆ, ਕੋਈ ਕਨੈਕਸ਼ਨ ਨੀ ਇੱਥੇ ਕੱਟ ਸਕਦੇ, ਕੋਈ ਰੂਲ ਨੀ ਹੈਗਾ ਕਨੈਕਸ਼ਨ ਕੱਟਣ ਦਾ, ਸਿਰਫ ਪਿਛਲੇ ਬਿੱਲ ਤੇ 10% ਪੈਨਲਟੀ ਪਾ ਸਕਦੇ ਆ, ਹੋਰ ਕੁਛ ਨੀ ਕਰ ਸਕਦੇ। ਆਪਾਂ ਨੂੰ ਪਤਾ ਨੀ, ਆਪਾਂ ਡਰ ਜਾਂਦੇ ਹਾਂ। ਜੇ ਕੋਈ ਅਫਸਰ ਆਵੇ ਕਿ ਭਗਵੰਤ ਮਾਨ ਨਾਲ ਗੱਲ ਕਰ ਲਓ, 98763 48000 ਇਹ ਨੰਬਰ ਨੋਟ ਕਰ ਲਿਆ ਕੋਈ ਹੈਗਾ ਜੀ। ਹਾਂਜੀ, ਅਸੀਂ ਕੋਈ ਤੁਹਾਨੂੰ ਭੜਕਾਉਣ ਨੀ ਆਏ ਤੇ ਕੋਈ ਵੋਟਾਂ ਵਾਸਤੇ ਕਹਿਣ ਨੀ ਆਏ। ਵੋਟਾਂ ਮੇਰੇ ਦੇਖਾਂਗੇ ਕਿਹੜੇ ਰਾਜੇ ਦੀ ਪਰਚਾ ਹੋਊਗੀ, ਪਰ ਗਰੀਬਾਂ ਦੀ ਲੁੱਟ ਅਸੀਂ ਹੋਣ ਨੀ ਦੇਣੀ, ਨਰੇਗਾ ਦੀ ਦਿਹਾੜੀ ਨੀ ਮਿਲੀ, ਕਿਸਾਨੀ ਜਿਹੜੀ ਹੈ ਉਹ ਘਾਟੇ ਦਾ ਸੌਦਾ ਬਣ ਗਈ, ਬੇਰੁਜ਼ਗਾਰ ਬੇਰੁਜ਼ਗਾਰੀ ਅਸੀਂ ਚਰਮ ਸੀਮਾ ਤੇ ਹੈ। ਸੋ ਵੀਰੇ, ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਸਭ ਤੋਂ ਵੱਧ ਬੋਲਣ ਵਾਲਾ MP ਮੈਂ ਹਾਂ। ਪਾਰਲੀਮੈਂਟ ਦੇ ਵਿੱਚ ਕੈਂਸਰ ਕਰਕੇ ਜੋ ਪੰਜਾਬ ਦੇ ਲੋਕਾਂ ਨੂੰ ਬੀਕਾਨੇਰ ਜਾਣਾ ਪੈਂਦਾ, ਚੰਡੀਗੜ੍ਹ ਜਾਣਾ ਪੈਂਦਾ, ਉਹਦੀ ਸਮੱਸਿਆ ਨੂੰ ਉਠਾਉਣ ਵਾਲੇ MPਾਂ ਦੀ ਲਿਸਟ 'ਚ ਮੇਰਾ ਨਾਮ ਹੈ। ਦਲਿਤਾਂ ਗਰੀਬਾਂ ਦੀਆਂ ਮੁਸ਼ਕਲਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਇਹਨਾਂ ਸਾਰੇ ਮਸਲਿਆਂ ਤੇ ਪਾਰਲੀਮੈਂਟ ਦੇ ਵਿੱਚ ਮੈਂ ਖੁੱਲ ਕੇ ਬੋਲਿਆ। ਵੀਰੋ, ਮੈਂ ਕਹਿੰਦਾ ਜਿੰਨੇ ਪੈਸੇ MP ਨੂੰ ਮਿਲਦੇ ਆ, ਇੱਕ ਇੱਕ ਰੁਪਈਏ ਦਾ ਹਿਸਾਬ ਮੇਰੇ ਕੋਲ ਪਿਆ, ਜਦੋਂ ਮਰਜ਼ੀ ਮੇਰੇ ਤੋਂ ਹਿਸਾਬ ਲੈ ਲਿਓ। ਮੈਂ ਤਾਂ ਜੇ ਮੈਂ ਪੈਸੇ ਕਮਾਉਣ ਨੀ ਆਇਆ ਵੀਰੋ, ਮੈਂ ਕਰੋੜਾਂ ਰੁਪਈਆ ਫਿਲਮਾਂ ਚੋਂ ਜਾਂ ਟੈਲੀਵਿਜ਼ਨਾਂ ਚੋਂ ਕਮਾ ਸਕਦਾ ਸੀ, ਪਰ ਮੈਂ ਲੋਕਾਂ ਦੇ ਹੱਕਾਂ 'ਚ ਖੜਨ ਵਾਸਤੇ ਆਇਆ। ਮੇਰੀ ਡਿਊਟੀ ਜਿਹੜੀ ਹੈ ਉਹ ਸਾਰੇ ਪੰਜਾਬ 'ਚ ਲੱਗੀ ਹੋਈ ਹੈ। ਕਦੇ ਮੈਨੂੰ ਫਰੀਦਕੋਟ ਜਾਣਾ ਪੈਂਦਾ, ਕਦੇ ਮੈਨੂੰ ਅੰਮ੍ਰਿਤਸਰ ਡਿਊਟੀ ਲੱਗਦੀ ਹੈ, ਕਦੇ ਮੈਨੂੰ ਪਾਰਟੀ ਵੱਲੋਂ ਹੁਕਮ ਹੁੰਦਾ ਕਿ ਚੱਲ ਜਾ ਕੇ ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਹੈ, ਕਦੇ ਆਨੰਦਪੁਰ ਸਾਹਿਬ, ਕਦੇ ਹੁਸ਼ਿਆਰਪੁਰ। ਹੋ ਸਕਦਾ ਮੈਥੋਂ, ਮੈਨੂੰ ਵੀ ਪਤਾ ਮੈਂ ਝੰਡਿਆਰ ਪਿੰਡ ਨੂੰ ਜਾਣਦਾ, ਮੈਥੋਂ ਇੱਥੇ ਆਉਣ 'ਚ ਦੇਰੀ ਹੋ ਗਈ ਹੋਵੇ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਮੈਂ ਕਿਸੇ ਗੋਆ ਦੀ ਬੀਚ ਤੇ ਬੈਠਾ ਜਾਂ ਮੈਂ ਕਿਤੇ ਕੋਈ ਸੈਰ ਨੀ ਕੀਤੀ, ਮੈਂ 5 ਸਾਲ ਹੋ ਗਏ ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਵਰਗੀ ਹਾਂ। ਜੇ ਮੇਰੇ ਨਾਲੋਂ ਵਧੀਆ ਪਾਰਲੀਮੈਂਟ ਦੇ ਵਿੱਚ ਮੁੱਦੇ ਠਾਣ ਵਾਲਾ ਤੁਹਾਨੂੰ ਕੋਈ ਉਮੀਦਵਾਰ ਮਿਲਦਾ, ਜੇ ਮੇਰੇ ਨਾਲੋਂ ਵਧੀਆ ਪੈਸੇ ਵੰਡਣ ਵਾਲਾ, ਗਰੀਬਾਂ ਨੂੰ ਗਰੀਬਾਂ ਦੇ ਹੱਕ 'ਚ ਖੜਨ ਵਾਲਾ, ਜੇ ਬਾਹਰਲੇ ਮੁਲਕਾਂ 'ਚ ਫਸੇ ਹੋਏ ਜਿਹੜੇ ਸਾਡੇ ਨੌਜਵਾਨ ਉੱਥੇ ਏਜੰਟਾਂ ਦੇ ਧੱਕੇ ਚੜ ਕੇ ਫਸ ਜਾਂਦੇ ਆ, ਉਹਨਾਂ ਨੂੰ ਬਚਾਉਣ ਵਾਲਾ ਮਿਲਦਾ ਹੈ, ਤਾਂ ਬੇਸ਼ੱਕ ਉਹਨਾਂ ਨੂੰ ਵੋਟਾਂ ਪਾ ਦਿਓ। ਮੈਂ ਤਾਂ ਆਪਣੀ ਕੁਲਫੀ ਦੁਬਾਰੇ ਗਰਮ ਕਰ ਲੂ, ਮੈਨੂੰ ਕੋਈ ਫਿਕਰ ਨਹੀਂ। ਵੋਟਾਂ